Subscribe now and press the bell icon and never miss an update from Oops TV. ਕਦੇ ਕਿਤੇ ਨਾ ਕਿਤੇ ਕਈਆਂ ਦੇ ਦਿਮਾਗ ਦੇ ਵਿੱਚ ਉਦਾਂ ਦੀ ਇਮੇਜ ਬਣੀ ਹੁੰਦੀ ਹੈ ਸੋ ਹੁਣ ਸਿੰਗਰ ਬਹੁਤ ਆ ਚੁੱਕੇ ਹੈਗੇ ਆ ਪਰ ਉਹ ਸਿੰਗਰ ਜਿਨ੍ਹਾਂ ਦੀ ਇੱਕ ਵੱਖਰੀ ਪਛਾਣ ਬਣ ਗਈ ਹੈਗੀ ਉਹ ਕੋਈ ਕੋਈ ਆ ਇੱਕ ਦੂਜੇ ਨੂੰ ਤੁਸੀਂ ਟੀਜ਼ ਵੀ ਕਰਦੇ ਆ ਇੱਕ ਦੂਜੇ ਨੂੰ ਗਾਣੇ ਦੇ ਜਵਾਬ ਵੀ ਦਿੰਦੇ ਆ ਇਦਾਂ ਦਾ ਕੁਝ ਬਹੁਤ ਹੋ ਰਿਹਾ ਤੇ ਤੁਹਾਡੇ ਗੈਸਟ ਵੀ ਸਾਨੂੰ ਸੁਣਨ ਨੂੰ ਮਿਲ ਰਹੇ ਉਹਦੇ ਬਾਰੇ ਕੀ ਕਹੋਗੇ ਕੁਝ ਨਹੀਂ ਜਿਹੜਾ ਜਿਵੇਂ ਚੱਲੀ ਜਾਂਦਾ ਸੀ ਉਵੇਂ ਚੱਲੀ ਜਾਂਦਾ ਨੈਰੇਟ ਸਾਡਾ ਕਰਨ ਕਿਉਂਕਿ ਬਹੁਤ ਜਾਣਿਆਂ ਨੂੰ ਦੇ ਦਿਮਾਗ 'ਚ ਵਹਿਮ ਹੈ ਕਿ ਉਹ ਸ਼ਬਦੀ ਲੜਾਈ ਹੈ ਜਾਂ ਸੱਚੀ ਮੁੱਚੀ ਦੀ ਲੜਾਈ ਹੈ ਜਾਂ ਸਾਨੂੰ ਹੀ ਲੱਗਦਾ ਹੈ ਜਾਂ ਕੁਛ ਨਹੀਂ ਹੈਗਾ ਸੋ ਇਹ ਕਲੀਅਰ ਕਰਨਾ ਚਾਹੁੰਦੇ ਹਾਂ ਅਸੀਂ ਕੋਈ ਲੜਾਈ ਨਹੀਂ ਕਿਸੇ ਨਾਲ ਸਾਡੀ ਆਪਾਂ ਇੱਥੇ ਸਵਾਦ ਰਹਿੰਦੇ ਹਾਂ ਜਿੱਦਣ ਕਿਤੇ ਕੰਮ ਖੜ ਗਿਆ ਉਦਣ ਦਿਹਾੜੀ ਲਾ ਲਾਂਗੇ ਕੋਈ ਚੱਕਰ ਨਹੀਂ ਹੈਗਾ ਆਪਣਾ ਕਿਸੇ ਨਾਲ ਕੋਈ ਨਿੱਜੀ ਵੈਰ ਨਹੀਂ ਹੈਗਾ ਕੋਈ ਕੁਛ ਨਹੀਂ ਹੈਗਾ ਇਹ ਤਾਂ ਐਵੇਂ ਹੀ ਆ ਬਣੇ ਹੋਏ ਨੇ ਉਤਾਰ ਚੜਾ ਕਿਤੇ ਜੈਲਸੀ ਬਣੀ ਹੋਈ ਹੈ ਕਿਤੇ ਖਾਰ ਬਣੀ ਹੋਈ ਆ ਜਿਹੜਾ ਖਾਰ ਖਾਂਦਾ ਖਾਈ ਜਾਣ ਤੋਂ ਹੀ ਆਪਾਂ ਨੂੰ ਤਾਂ ਵਧੀਆ ਸਵਾਦ ਆਈ ਜਾਂਦਾ ਇਟਸ ਗੁੱਡ ਯੈਸ ਗੋਇੰਗ ਗੁੱਡ ਯੂ نو ਮੋਟੀਵੇਸ਼ਨ ਆ ਸਾਡੇ ਲਈ ਉਹ ਚੀਜ਼ ਅਸੀਂ ਉਹ ਚੀਜ਼ ਨੂੰ ਮੋਟੀਵੇਸ਼ਨ ਲੈ ਕੇ ਚੱਲਦੇ ਹਾਂ ਅਸੀਂ ਉਹਨੂੰ ਹੇਟ ਲੈ ਕੇ ਨਹੀਂ ਚੱਲਦੇ ਸੋ ਇਟਸ ਗੁੱਡ ਜੇ ਕੋਈ ਮੇਰੇ ਬਾਰੇ ਮਾੜਾ ਬੋਲਦਾ ਤਾਂ ਮੈਂ ਉਹਨੂੰ ਕਹਿਣਾ ਬਾਈ ਜਿਉਂਦਾ ਰਹਿ ਯੂ نو ਵਧੀਆ ਗੱਲ ਕਿਉਂਕਿ ਉਹ ਚੀਜ਼ ਮੈਨੂੰ ਸ਼ਾਂਤਤਾ ਦਿੰਦੀ ਹੈ ਕੁਛ ਕਰਨ ਦੀ ਜੇ ਮੈਨੂੰ ਕੋਈ ਕਹੇ ਚੰਗਾ 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 ਤਾਂ ਮੈਂ ਕੁਛ ਕਹੂੰਗਾ ਨਹੀਂ ਮੈਂ ਕਹੂੰਗਾ ਹਾਂ ਥੈਂਕ ਯੂ ਜੇ ਮੈਨੂੰ ਕੋਈ ਮਾੜਾ ਕਹੂਗਾ ਤਾਂ ਮੈਂ ਉਹ ਤੋਂ ਵਧੀਆ ਬਣਨ ਦੀ ਕੋਸ਼ਿਸ਼ ਕਰੂੰਗਾ ਰਾਈਟ ਤੇ ਮੈਂ ਕਰ ਰਿਹਾ ਇਟਸ ਗੁੱਡ ਪੋਜ਼ਿਟਿਵ ਪੋਜ਼ਿਟਿਵ ਐਨਰਜੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਫਿਲਹਾਲ ਲਈ ਬਸ ਇੰਨਾ ਹੀ ਇਸ ਤਰ੍ਹਾਂ ਦੀਆਂ ਹੋਰ ਲੇਟੈਸਟ ਵੀਡੀਓ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਉਪਸ ਟੀਵੀ